ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਸਹਿਮਤੀ ਬਣ ਚੁੱਕੀ ਹੈ ਜੋ ਸੰਗਰੂਰ ਦੇ ਵਿੱਚ ਭਵੰਤਮਾਨ ਦੀ ਕੋਟੀ ਮੁਰੇ ਧਰਨ ਲੱਗ ਰਿਹਾ ਹੈ ਪਟਿਆਲਾ ਦੇ ਸਰਕਟ ਹਾਊਸ ਦੇ ਵਿੱਚ ਅੱਜ ਫਿਰ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਪਹੁੰਚੇ ਕਹਿੰਦੇ ਕੁਝ ਵੰਗਾ ਪਹਿਲਾਂ ਮੰਨੀਆਂ ਸੀ ਪਰ ਕਿਸਾਨੇ ਕਹਿੰਦੇ ਸੀ ਕਿ ਤੁਸੀਂ ਸਾਨੂੰ ਲਿਖਤੀ ਨਹੀਂ ਦਿੱਤਾ ਲਿਖਤੀ ਭਰੋਸਾ ਦਿਓ ਉਸ ਦੇ ਵਿੱਚ ਇੱਕ ਜਿਹੜੀ ਵੱਡੀ ਮੰਗ ਹੈ ਜਿਹੜੇ ਕਿਸਾਨ ਖਰਾਬ ਫੈਕਟਰੀ ਨੂੰ ਘੇਰੀ ਬੈਠੇ ਨੇ ਉਹਦੇ ਲਈ ਵੀ ਸਹਿਮਤੀ ਬਣ ਗਈ ਸਰਕਾਰ ਕਹਿੰਦੀ ਸਾਨੂੰ 3 ਮਹੀਨਿਆਂ ਦਾ ਸਮਾਂ ਦੇ ਦਿਓ ਇਸ ਫੈਕਟਰੀ ਦਾ ਕੋਈ ਨਾ ਕੋਈ ਹੱਲ ਆ ਪਾ ਕੱਢ ਰਹੇ ਹੋਰ ਉਹ ਕਹਿੰਦੇ ਕੱਲ ਅਸੀਂ ਵੱਡਾ ਇਕੱਠ ਸੱਦਾਂਗੇ ਉਸ ਵੱਡੇ ਇਕੱਠ ਦੇ ਵਿੱਚ ਐਲਾਨ ਕਰ ਦਿਆ ਕਿ ਸਰਕਾਰ ਨੇ ਆਪਣੀਆਂ ਮੰਗਾਂ ਮੰਨ ਲਈਆਂ ਅਸੀਂ ਕੱਲ ਦੀ ਰੈਲੀ ਨੂੰ ਕਿਸਾਨ ਜੇਤੂ ਰੈਲੀ ਦੇ ਨਾਂ ਨਾਲ ਪ੍ਰਚਾਰਨ 90000 ਦੇ ਕਰੀਬ ਦੇ ਮਿਲਿਸਟਰੀਕ ਕਰੋੜਾ ਰੁਪਏ ਖਾਤੇ ਇਹ ਸਾਰੀਆਂ ਥਾਮਾ ਦੇ ਉੱਤੇ ਵੱਲੋਂ ਪੁਰਜੀ ਤੁਰਦਾ ਫਿਰਦਾ ਹੈ ਜੀ ਪਿੱਛੇ ਹਰਿਆਣੇ ਦੇ ਵਿੱਚ ਆਇਆ ਉੱਥੇ ਵੀ ਕਹਿੰਦੇ ਮਿਰਤਕ ਲੋਕਾਂ ਦੇ ਨੌ ਦੇ ਉੱਤੇ ਪੈਨਸ਼ਨ ਅਧਿਕਾਰੀਆਂ ਜਾ ਰਹੀਆਂ ਅਧਿਕਾਰੀ ਕਹਿੰਦਾ ਰੱਬ ਨੇੜੇ ਕਿ ਕਿਸੌਣਾ ਅੱਜ ਆਪਾਂ ਨੇੜੇ ਬੈਠੇ ਆਂ ਕੱਲੂ ਕਿਤੇ ਮੇਰੀ ਬਦਲੀ ਗੁਰਦਾਸਪੁਰ ਫਿਰੋਜ਼ਪੁਰ ਦੀ ਨਾ ਕਰਾ ਦੇਣ ਜੀ ਮੇਰੇ ਜਵਾਕ ਰੋਲ ਜਾਣਗੇ ਬਿਲਕੁਲ ਜਿੱਤੇ ਕਰਕੇ ਉਹਨਾਂ ਨੂੰ ਕਰਨਾ ਪੈਂਦਾ ਅੱਜ ਸਰਕਾਰ ਨੂੰ ਸ਼ੀਸ਼ਾ ਦੇਖ ਲੈਣਾ ਚਾਹੀਦਾ ਹੈ ਜੇ ਇਸ ਪੜਤਾਲ ਦੇ ਵਿੱਚ ਇਸ ਤਰ੍ਹਾਂ ਦੇ ਬੱਤੇ ਨਿਕਲ ਕੇ ਆਏ ਐ ਤੇ ਬਾਕੀ ਵੀ ਪੜਤਾਲ ਕਰਦੇ ਆ। ਤਾਂ ਸਰ ਦੂਜੇ ਵਾਰ ਸਜ ਨਵਜੋਤ ਸਿੰਘ ਸਿੱਧੂ ਹਰਮਨ ਲੁਧਿਆਣਾ ਦੇ ਵਿੱਚ ਸੀ ਆਨਲਾਈਨ ਪੇਸ਼ੀ ਸੀ। ਉਹਦੇ ਕੀ ਆਪਰੇ? ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੋਂ ਉਸ ਕਰਕੇ ਰਾਹਤ ਮਿਲ ਗਈ ਜਦੋਂ ਉਹਨੂੰ ਰਜਿੰਦਰਾ ਹਸਪਤਾਲ ਲੈ ਕੇ ਗਏ ਪਟਿਆਲੇ ਦੀ ਜੇਲ੍ਹ ਚੋਂ। ਹੂੰ। ਰਸਤੇ ਵਿੱਚ ਉੱਥੇ ਜਾ ਕੇ ਉਹਦਾ ਬੀਪੀ ਵੱਧ ਗਿਆ ਹੋਰ ਵੱਧ ਗਿਆ। ਇਸ ਗਰਾਉਂਡ ਦੇ ਉੱਤੇ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਉਹਨੂੰ ਆਗਿਆ ਦਿੱਤੀ ਸੀ ਕਿ ਤੁਸੀਂ ਆਨਲਾਈਨ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੀ ਪੇਸ਼ੀ ਪੂਗਤਾ ਸਕਦੇ ਦੂਜੇ ਪਾਸੇ ਜਿਹੜੀ ਧਿਰ ਹੈ ਉਹ ਡੀਐਸਪੀ ਬਲਵਿੰਦਰ ਸਿੰਘ ਹੈ ਸਾਫ ਕਾ ਡੀਐਸਪੀ ਜੀ ਉਹ ਕਹਿੰਦੇ ਜੀ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਨਵਜੋਤ ਸਿੰਘ ਸਿੱਧੂ ਇਥੇ ਅਦਾਲਤ ਦੇ ਵਿੱਚ ਆ ਕੇ ਅੱਖ ਨਾਲ ਅੱਖ ਮਲਾ ਕੇ ਗੱਲ ਕਰੇ ਸਰ ਦੂਜੇ ਪਾਸੇ ਪੰਜਾਬ ਵਿਜੀਲੈਂਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਉਹਨਾਂ ਨੇ ਜੋ ਸਹਿ ਜਿਹੜੀ ਸਹਿਕਾਰੀ ਸੁਭਾਵਾਂ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਸੀ ਉਹਦੇ ਵਿੱਚ ਇੱਕ ਗ੍ਰਿਫਤਾਰੀ ਕੀਤੀ ਉਹ ਕਹਿੰਦੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ 4 ਕਰੋੜ 24 ਲੱਖ 2560 ਰੁਪਏ ਦਾ ਕਥਿਤ ਗਵਨ ਹੋਇਆ ਵੋਹ ਕਰੋੜੀ ਘੁਟਾਲੇ ਦੇ ਫਰਾਰ ਮੁਲਾਜ਼ਮ ਰਾਮਪਾਲ ਸਾਬਕਾ ਮੈਂਬਰ ਵਾਸੀ ਪੱਦੀ ਮਟਵਾਲੀ ਥਾਣਾ ਪੰਗਾ ਨੂੰ ਗ੍ਰਿਫਤਾਰ ਕਰ ਲਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਬੱਲੋਪੁਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਵੱਡੀਆਂ ਤੇ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲੇ ਸਾਡੇ D5 ਚੈਨਲ ਪੰਜਾਬੀ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਢਿੱਲੋਂ ਸਾਹਿਬ ਬਹੁਤ ਸਵਾਗਤ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਮਨਦੀਪ ਬੱਲੋਪੁਰ ਜੀ ਜੀ ਢਿੱਲੋਂ ਸਾਹਿਬ ਕਹਿੰਦੇ ਕਿ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਸਹਿਮਤੀ ਬਣ ਚੁੱਕੀ ਹੈ ਜੋ ਸੰਗਰੂ ਦੇ ਕੋ ਇਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਕੁ ਗੰਭੀਰ ਹੈ ਜੀ ਸਾਡਾ ਸਭ ਤੋਂ ਵੱਡਾ ਤਿਹਾਰ ਦੀਵਾਲੀ ਅਸੀਂ ਹੁਣੇ ਨਿਵੇੜ ਕੇ ਹਟੀਆਂ ਇਹ ਜਿਹੜੀਆਂ ਹੁਣ ਕੋਸ਼ਸ਼ਾਂ ਹੋਈਆਂ ਜੇ ਇਹੇ ਕੋਸ਼ਸ਼ਾਂ 4 ਦਿਨ ਪਹਿਲਾਂ ਕਰ ਲੈਂਦੇ ਬਿਲਕੁਲ ਜੀ ਇਹ ਕਿਸਾਨ ਦੀਵਾਲੀ ਆਪੋ ਆਪਣੇ ਘਰਾਂ 'ਚ ਮਨਾ ਲੈਂਦੇ ਬਾਕੀ ਕੋਈ ਤਿਹਾਰ ਬਾਰੇ ਕੁਝ ਵੀ ਹੋਵੇ ਪਰ ਦੀਵਾਲੀ ਇੱਕ ਅਜਿਹਾ ਤਿਹਾਰ ਹੈ ਜਿਹਦੇ ਲਈ ਹਰ ਵਿਅਕਤੀ ਭਾਵੇਂ ਉਹਦਾ ਬਿੱਤ ਘੱਟ ਹੈ ਭਾਵੇਂ ਬਿੱਤ ਵੱਧ ਹੈ ਉਹ ਆਪਣੇ ਬਿੱਤ ਮੁਤਾਬਕ ਇਹਨੂੰ ਮਨਾਉਣ ਦਾ ਯਤਨ ਕਰਦਾ ਹੈ ਬੱਖਰੇ ਕਿਸਮ ਦੇ ਪਕਵਾਨ ਤਿਆਰ ਕੀਤੇ ਜਾਂਦੇ ਆ ਤੇ ਇੱਕ ਦੂਜੇ ਮਿੱਤਰਾਂ ਦੋਸਤਾਂ ਦੇ ਨਾਲ ਬੈਠ ਕੇ ਵੰਡੇ ਜਾਂਦੇ ਨੇ ਉੱਥੋਂ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲਸਾ ਜੋਰਵਾਲ ਸਾਹਿਬ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਮਨਦੀਪ ਸਿੰਘ ਸਿੱਧੂ ਇਹ ਆਪਣੇ ਤੌਰ ਤੇ ਕਾਫੀ ਕੋਸ਼ਿਸ਼ਾਂ ਕਰਦੇ ਸੀ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਉੱਥੋਂ ਦੇ ਲੋਕਾਂ ਦੀ ਸੀ ਸੜਕ ਸਾਰੀ ਰੁਕੀ ਹੋਈ ਸੀ ਲੋਕਾਂ ਨੂੰ ਬਲ ਪਾ ਕੇ ਉੱਥੋਂ ਲੰਘਣਾ ਪੈਂਦਾ ਸੀ ਭਾਵੇਂ ਕਲੋਨੀ ਵਾਸੀ ਕਹਿੰਦੇ ਸੀ ਕਿ ਸਾਨੂੰ ਕੋਈ ਸਮੱਸਿਆ ਨਹੀਂ ਸਮੱਸਿਆ ਹੁੰਦੀ ਹੈ ਸੋ ਪਟਿਆਲਾ ਦੇ ਸਰਕਟ ਹਾਊਸ ਦੇ ਵਿੱਚ ਅੱਜ ਫਿਰ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਪਹੁੰਚੇ ਆਈਜੀ ਪਟਿਆਲਾ ਰੇਂਜ ਬਖਵੰਦਰ ਸਿੰਘ ਚੀਨਾ ਆਈਜੀ ਜਤਿੰਦਰ ਸਿੰਘ ਔਲਖ ਸਾਹਿਬ ਡਿਪਟੀ ਕਮਿਸ਼ਨਰ ਸੰਗਰੂਰ ਉਹਨਾਂ ਦੇ ਜ਼ਿਲ੍ਹਾ ਪੁਲਿਸ ਮੁਖੀ ਤੇ ਕਿਸਾਨਾਂ ਵੱਲੋਂ ਜੋਗਿੰਦਰ ਸਿੰਘ ਉਗਰਾਹਾ ਪ੍ਰਧਾਨ ਨੇ ਆਪਣੀ ਜਥੇਬੰਦੀ ਤੇ ਜਗਤਾਰ ਸਿੰਘ ਕਲਾ ਝਾੜ ਢੰਡਾ ਸਿੰਘ ਜਿੱਠੂ ਕੇ ਸ਼ੰਗਾਰਾ ਸਿੰਘ ਤੇ ਰੂਪ ਸਿੰਘ ਛੰਨਾ ਇਹ ਸਾਰੇ ਮਿਲ ਬੈਠ ਕੇ ਕਹਿੰਦੇ ਕੁਝ ਵੰਗਾ ਪਹਿਲਾਂ ਮੰਨੀਆਂ ਸੀ ਪਰ ਕਿਸਾਨੇ ਕਹਿੰਦੇ ਸੀ ਕਿ ਤੁਸੀਂ ਸਾਨੂੰ ਲਿਖਤੀ ਨਹੀਂ ਦਿੱਤਾ ਲਿਖਤੀ ਭਰੋਸਾ ਦਿਓ ਉਸ ਦੇ ਵਿੱਚ ਇੱਕ ਜਿਹੜੀ ਵੱਡੀ ਮੰਗ ਹੈ ਜਿਹੜੇ ਕਿਸਾਨ ਸ਼ਰਾਬ ਫੈਕਟਰੀ ਨੂੰ ਘੇਰੀ ਬੈਠੇ ਨੇ ਉਹਦੇ ਲਈ ਵੀ ਸਹਿਮਤੀ ਬਣ ਗਈ ਸਰਕਾਰ ਕਹਿੰਦੀ ਸਾਨੂੰ 3 ਮਹੀਨਿਆਂ ਦਾ ਸਮਾਂ ਦੇ ਦਿਓ ਇਸ ਫੈਕਟਰੀ ਦਾ ਕੋਈ ਨਾ ਕੋਈ ਹੱਲ ਆਪਾਂ ਕੱਢ ਲੈਂਦੇ ਹਾਂ ਪ੍ਰਦੂਸ਼ਣ ਰੋਕਥਾਂ ਬੋਰਡ ਦੇ ਕੁਝ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਸੀ ਕਿਉਂਕਿ ਉਹ ਫੈਕਟਰੀ ਦਾ ਮਾਮਲਾ ਹੀ ਪ੍ਰਦੂਸ਼ਣ ਦਾ ਹੈ ਅਜੇ ਵੀ ਸਰਕਾਰ 3 ਮਹੀਨੇ ਦਾ ਸਮਾਂ ਮੰਗੀ ਜਾਂਦੀ ਹੈ ਉਹ ਦੋਸ਼ ਇਹ ਹੈ ਉਸ ਸ਼ਰਾਬ ਫੈਕਟਰੀ ਤੇ ਕਿ ਉਹ ਪਾਣੀ ਦੇ ਵਿੱਚ ਧਰਤੀ ਦੇ ਹੇਠਲਾ ਅਣਸੁੱਧਿਆ ਪਾਣੀ ਪਾ ਰਹੇ ਨੇ ਭਾਵੇਂ ਫੈਕਟਰੀ ਵਾਲੇ ਆਪਣਾ ਦਾਵਾ ਕਰਦੇ ਆ ਪਰ ਇਲਾਕਾ ਵਾਸੀ ਪਿਛਲੇ 3 ਮਹੀਨਿਆਂ ਤੋਂ ਉੱਥੇ ਵੱਡੀ ਪੱਧਰ ਤੇ ਬੈਠੇ ਆ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਚਲੋ ਸਹਿਮਤੀ ਬਣ ਗਈ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਨੇ ਕੱਲ ਵੱਡਾ ਕੱਟ ਸੱਦਿਆ ਸੀ ਇਸ ਵੱਡੇ ਕੱਟ ਤੋਂ ਸਰਕਾਰ ਨੂੰ ਫਿਰ ਹਿਲਜੁਲ ਹੋਈ ਬਿਲਕੁਲ ਜੀ ਹੋਰ ਉਹ ਕਹਿੰਦੇ ਕੱਲ ਅਸੀਂ ਵੱਡਾ ਕੱਟ ਸੱਦਾਂਗੇ ਉਸ ਵੱਡੇ ਇਕੱਠ ਦੇ ਵਿੱਚ ਐਲਾਨ ਕਰ ਦਿਆ ਕਿ ਸਰਕਾਰ ਨੇ ਆਪਣੀਆਂ ਮੰਗਾਂ ਮੰਨ ਲਈਆਂ ਅਸੀਂ ਕੱਲ ਦੀ ਰੈਲੀ ਨੂੰ ਕਿਸਾਨ ਜੇਤੂ ਰੈਲੀ ਦੇ ਨਾਂ ਨਾਲ ਪ੍ਰਚਾਰਾਂਗੇ ਉਹਦੇ ਤੌਰ ਦੇ ਉੱਤੇ ਉਹਨੂੰ ਮਨਾਵਾਂਗੇ ਉਸ ਤੋਂ ਬਾਅਦ ਕਿਸਾਨ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦੇਣਗੇ ਜੀ ਜੀ ਸਾਹਿਬ ਦੂਜੇ ਪਾਸੇ ਕਹਿੰਦੇ ਨੇ ਕਿ 90000 ਦੇ ਕਰੀਬ ਨੇ ਮ੍ਰਿਤਕ ਸੀ ਕਰੋੜਾ ਰੁਪਏ ਖਾ ਕੇ ਜੀ ਇਹ ਸਾਰੀਆਂ ਥਾਮਾ ਦੇ ਉੱਤੇ ਵੱਲੋਪੁਰਜੀ ਤੁਰਦਾ ਫਿਰਦਾ ਹੈ ਜੀ ਪਿੱਛੇ ਹਰਿਆਣੇ ਦੇ ਵਿੱਚ ਆਇਆ ਉੱਥੇ ਵੀ ਕਹਿੰਦੇ ਮਿਰਤਕ ਲੋਕਾਂ ਦੇ ਨੌ ਦੇ ਉੱਤੇ ਪੈਨਸ਼ਨਾਂ ਅਟਕਾਰੀਆਂ ਜਾ ਰਹੀਆਂ ਨੇ ਅਸੀਂ ਲੋਕ ਕਿੱਥੋਂ ਤੱਕ ਜ਼ਮੀਰਾਂ ਵੇਚ ਲੀਆਂ ਇਹ ਜਿਹੜੇ ਰਾਸੀ ਆਗੂ ਆ ਨਾ ਆਪਣੇ ਘਰਾਂ 'ਚ ਸੱਦ ਕੇ ਅਧਿਕਾਰੀਆਂ ਨੂੰ ਕਹਿਣਗੇ ਕਰਸ ਤਸਦੀਕ ਅਧਿਕਾਰੀ ਕਹਿੰਦਾ ਰੱਬ ਨੇ ਨੇੜੇ ਕਿ ਕਿਸੌਨਾ ਅੱਜ ਆਪਾਂ ਨੇੜੇ ਬੈਠੇ ਆਂ ਕੱਲੂ ਕਿਤੇ ਮੇਰੀ ਬਦਲੀ ਗੁਰਦਾਸਪੁਰ ਫਿਰੋਜ਼ਪੁਰ ਦੀ ਨਾ ਕਰਾ ਦੇਣ ਜੀ ਮੇਰੇ ਜਵਾਕ ਰੋਲ ਜਾਣਗੇ ਬਿਲਕੁਲ ਜੀ ਜਿੱਤੇ ਕਰਕੇ ਉਹਨਾਂ ਨੂੰ ਕਰਨਾ ਪੈਂਦਾ ਮੈਂ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਔਸਤਰੀ ਬਾਲ ਵਿਕਾਸ ਵਿਭਾਗ ਦੇ ਮੰਤਰੀ ਨੇ ਇਹ ਬਜ਼ੁਰਗਾ ਆਸ਼ਰਿਤਾਂ ਵਿਧਵਾਵਾਂ ਵੱਡੀ ਉਮਰ ਦੇ ਤੇ ਜਿਹੜੇ ਅੰਗਹੀਨ ਵਿਅਕਤੀ ਆ ਉਹਨਾਂ ਦੀਆਂ ਪੈਨਸ਼ਨਾਂ ਵਗੈਰਾ ਦਿੰਦੇ ਆ ਉਹਨਾਂ ਨੇ ਕਿਹਾ ਕਿ 30.46 ਲੱਖ ਲਾਭਾਤਰੀ ਹੈਗੇ ਨੇ ਮੁਕੰਮਲ ਹੋਣ ਤੋਂ ਬਾਅਦ ਜਿਹੜੀ ਸ਼ਨਾਖਤ ਹੋਈ ਹੈ ਗਲਤ ਉਹ 90248 ਦੀ ਹੋਈ ਹੈ ਔਰ ਇਹਨਾਂ ਦੀ ਪ੍ਰਤੀ ਮਹੀਨਾ 13.53 ਕਰੋੜ ਅਤੇ ਸਾਲਾਨਾ 162.3 ਕਰੋੜ ਰੁਪਏ ਦੀ ਬਚਤ ਹੋਵੇਗੀ ਜੀ ਜਿਹੜੀ ਇਹ ਪੜਤਾਲ ਕਰ ਲਈ ਅੱਜ ਸਰਕਾਰ ਨੂੰ ਸ਼ੀਸ਼ਾ ਦੇਖ ਲੈਣਾ ਚਾਹੀਦਾ ਹੈ ਜੇ ਇਸ ਪੜਤਾਲ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਨਿਕਲ ਕੇ ਆਏ ਐ ਤੇ ਬਾਕੀ ਵੀ ਪੜਤਾਲ ਕਰ ਲੋ ਇਸ ਤਰ੍ਹਾਂ ਦੇ ਕੁਛ ਅਜੇ ਕੰਮ ਕਰਨ ਵਾਲੇ ਲੋਕ ਦੂਜੀਆਂ ਥਾਵਾਂ ਦੇ ਉੱਤੇ ਵੀ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਸ਼ਿਕਾਇਤ ਹੋ ਗਈ ਹੈ ਸਰਕਾਰ ਦਾ ਜਿੱਥੇ ਵਿੱਤੀ ਨੁਕਸਾਨ ਉੱਥੇ ਲੋੜਵੰਦਾ ਨੂੰ ਇਹ ਪੈਸਾ ਜਾਵੇਗਾ ਚੰਗੀ ਗੱਲ ਐ ਇਹਦੇ ਲਈ ਅੱਗੇ ਸਮੇਂ ਦੇ ਵਿੱਚ ਉਹ ਕਹਿੰਦੇ ਸਾਰਾ ਕੁਝ ਇਲੈਕਟ੍ਰੋਨਿਕ ਬੈਨੀਫਿਟ ਟ੍ਰਾਂਸਫਰ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਹਦੇ ਤਹਿਤ ਜਿਹੜੇ ਬੰਦੇ ਤਸਦੀਕ ਹੋਗੇ ਉਹਨਾਂ ਨੂੰ ਬੈਂਕਾਂ ਦੀਆਂ ਕਤਾਰਾਂ 'ਚ ਨਹੀਂ ਖੜਨਾ ਪਵੇਗਾ ਸਿੱਧਾ ਜਿਵੇਂ ਆਪਾਂ ਹੋਰ ਆਨਲਾਈਨ ਸੇਵਾ ਹੁੰਦੀ ਹੈ ਪੈਸੇ ਤੁਹਾਡੇ ਬੈਂਕ ਖਾਤੇ 'ਚ ਪਾਏ ਜਾਂਦੇ ਨੇ ਇਸੇ ਤਰ੍ਹਾਂ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਵੀ ਇਹ ਪੈਸੇ ਪਹਿ ਜਾਣਗੇ ਜੀ ਇਹ ਚੰਗੀ ਗੱਲ ਹੈ ਉਹ ਕਹਿੰਦੇ ਦੋ ਪਹਿਲਾ ਦੋ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ ਤੇ ਬੁਖਸਰ ਬਚਤ ਸ਼ੁਰੂ ਕੀਤੇ ਜਾਣਗੇ ਹੁੰਦਾ ਐਵੇਂ ਹੀ ਹੈ ਬੁਖਸਰ ਉਹਨਾਂ ਦਾ ਆਪਣਾ ਜ਼ਿਲ੍ਹਾ ਹੈ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਜੀ ਪਹਿਲਾਂ ਉੱਥੋਂ ਸ਼ੁਰੂ ਕਰ ਲੋ ਆ ਵੀ ਗਿਣਤੀ ਕਰ ਲੋ ਕਿ ਜਿੰਨੇ ਮੁੱਖ ਮੰਤਰੀ ਹੁਣ ਤੱਕ ਰਹੇ ਨੇ ਤੁਹਾਡਾ ਆਪਣਾ ਜ਼ਿਲ੍ਹਾ ਵੀ ਬੁਖਸਰ ਮੁੱਖ ਮੰਤਰੀਆਂ ਦਾ ਹੀ ਰਿਹਾ ਹੈ ਆ ਜਿਹੜੇ ਪੈਨਸ਼ਨ ਢ ਘਾਰ ਗਏ ਇਹਦਾ ਅੰਕੜਾ ਵੀ ਜਾਰੀ ਕਰਕੇ ਦੱਸ ਦਿਓ ਕਿ ਬੁਖਸਰ ਵਾਲਿਆਂ ਦੇ ਹਿੱਸੇ ਕਿੰਨੇ ਕਾਏ ਨੇ ਉਸ ਤੋਂ ਬਾਅਦ ਪਟਿਆਲਾ ਤੇ ਖਰੜ ਵਾਲੇ ਆਉਂਦੇ ਜੀ ਪ੍ਰਸਾਦ ਦੂਜੇ ਵਾਰ ਸਜ ਨਵਜੋਤ ਸਿੰਘ ਸਿੱਧੂ ਹੋਰ ਨੇ ਲੁਧਿਆਣਾ ਦੇ ਵਿੱਚ ਜਿਹੜੀ ਆਨਲਾਈਨ ਪੇਸ਼ੀ ਸੀ ਉਹਦੇ ਕੀ ਅਪਡੇਟ ਹੈ ਉਹਨਾਂ ਦੇ ਇੱਕ ਵਕੀਲ ਨੇ ਜੀ ਉਹਨਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੋਂ ਉਸ ਕਰਕੇ ਰਾਹਤ ਮਿਲ ਗਈ ਜਦੋਂ ਉਹਨੂੰ ਰਜਿੰਦਰਾ ਹਸਪਤਾਲ ਲੈ ਕੇ ਗਏ ਪਟਿਆਲੇ ਦੀ ਜੇਲ੍ਹ ਚੋਂ ਹੂੰ ਰਸਤੇ ਵਿੱਚ ਉੱਥੇ ਜਾ ਕੇ ਉਹਦਾ ਬੀਪੀ ਵੱਧ ਗਿਆ ਹੋਰ ਵੱਧ ਗਿਆ ਇਸ ਗਰਾਉਂਡ ਦੇ ਉੱਤੇ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਉਹਨੂੰ ਆਗਿਆ ਦਿੱਤੀ ਸੀ ਕਿ ਤੁਸੀਂ ਆਨਲਾਈਨ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੀ ਪੇਸ਼ੀ ਪੂਗਤਾ ਸਕਦੇ ਹੋ ਲੇਕਿਨ ਦੂਜੇ ਪਾਸੇ ਜਿਹੜੀ ਧਿਰ ਹੈ ਉਹ ਡੀਐਸਪੀ ਬਲਵਿੰਦਰ ਸਿੰਘ ਹੈ ਸਾਫ ਕਾ ਡੀਐਸਪੀ ਜੀ ਉਹ ਕਹਿੰਦੇ ਜੀ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਨਵਜੋਤ ਸਿੰਘ ਸਿੱਧੂ ਇੱਥੇ ਅਦਾਲਤ ਦੇ ਵਿੱਚ ਆ ਕੇ ਅੱਖ ਨਾਲ ਅੱਖ ਮਲਾ ਕੇ ਗੱਲ ਕਰੇ ਜੀ ਉਹਦੇ ਕਹਿੰਦੇ ਮੈਂ ਜਾਂਚ ਕੀਤੀ ਸੀ ਮੈਂ ਭਾਰਤ ਪੂਸ਼ਨ ਆਚੂ ਵਰਗੇ ਦੇ ਨਾਲ ਸਮੱਸਿਆਵਾਂ ਲਈਆਂ ਇਹਦੇ ਨਾਲ ਪੰਗੇ ਲਏ ਹੂੰ ਤੇ ਉਹਨਾਂ ਨੇ ਉੱਥੇ ਕਹਿਤਾ ਕਿ ਮੈਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਜਿਹੜੀ ਉਹਨੂੰ ਵੀਡੀਓ ਕਾਨਫਰੈਂਸਿੰਗ ਦੀ ਇਹ ਮਿਲੀ ਹੈ ਇਹਨੂੰ ਚਰਚੀ ਦੇਵਾਂਗਾ ਇਹਦੀ ਅਗਲੀ ਤਰੀਕ ਹੈ ਜਿਹੜੀ ਉਹ 4 ਨਵੰਬਰ ਤੇ ਪਾ ਦਿੱਤੀ ਗਈ ਹੈ ਕੀ ਜੇ ਉਹ ਉੱਚ ਅਦਾਲਤ ਚ ਜਾਂਦਾ ਹੈ ਜੇ ਤਾਂ ਉਹਦੀ ਅਰਜੀ ਸਵੀਕਾਰ ਕਰ ਲਈ ਫੇਰ ਤਾਂ ਇਹਨੂੰ ਉੱਥੇ ਪੇਸ਼ ਹੋਣਾ ਪਵੇਗਾ ਜੇ ਉਹ ਅਰਜੀ ਰਿਵਿਊ ਪਟੀਸ਼ਨ ਦੇ ਵਿੱਚ ਉਹਨਾਂ ਨੇ ਰੱਦ ਕਰਤੀ ਫਿਰ ਇਹ ਜਿਹੜੀ ਹੈ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਨਮਜੋਤ ਸਿੰਘ ਸਿੱਧੂ ਦੀ ਪੇਸ਼ੀ ਹੋਵੇਗੀ ਜੀ ਫਿਰ ਸਾਹ ਦੂਜੇ ਪਾਸੇ ਪੰਜਾਬ ਵਿਜੀਲੈਂਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਉਹਨਾਂ ਨੇ ਜੋ ਸਹਿ ਜਿਹੜੀ ਸਹਿਕਾਰੀ ਸੁਭਾਵਾਂ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਸੀ ਉਹਦੇ ਵਿੱਚ ਇੱਕ ਗ੍ਰਿਫਤਾਰੀ ਕੀਤੀ ਹੈ ਇੱਕ ਕਜਲਾ ਪਿੰਡ ਹੈ ਜੀ ਸ਼ਹੀਦ ਭਗਤ ਸਿੰਘ ਨਗਰ ਦਾ ਜੀ ਉਹ ਕਹਿੰਦੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ 4 ਕਰੋੜ 24 ਲੱਖ 2561 ਰੁਪਏ ਦਾ ਕਥਿਤ ਗਵਨ ਹੋਇਆ ਭੋਖ ਰੋੜੀ ਕੁਟਾਲੇ ਦੇ ਫਰਾਰ ਮੁਲਾਜ਼ਮ ਰਾਮਪਾਲ ਸਾਬਕਾ ਮੈਂਬਰ ਵਾਸੀ ਪੱਦੀ ਮਟਵਾਲੀ ਥਾਣਾ ਬੰਗਾ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਅਗਲੀ ਇਹਦੀ ਪੜਤਾਲ ਹੋਵੇਗੀ ਪੜਤਾਲ ਚੱਲ ਵੀ ਰਹੀ ਹੈ ਇਹ ਕਹਿੰਦੇ ਉਹਨਾਂ ਨੇ ਦੱਸਿਆ ਕਿ 1220 ਖਾਤਾਧਾਰਕ ਨੇ ਦੋ ਟਰੈਕਟਰ ਨੇ ਵੱਡੀ ਮਾਤਰਾ ਦੇ ਵਿੱਚ ਉੱਥੇ ਜਿਹੜਾ ਹੋਰ ਬਾਹੀ ਜੋਗ ਸੰਦ ਵੀ ਹਨ ਇਹ ਸੋਸਾਇਟੀ ਕੀਟਨਾਸ਼ਕ ਦਵਾਈਆਂ ਖਾਦਾਂ ਆਦ ਵਗੈਰਾ ਜਿਵੇਂ ਆਪਣੇ ਆਪ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਜੀ ਉਹਨਾਂ ਕਹ ਲੋ ਕਿ ਜਦੋਂ ਇਹਦੀ ਪੜਤਾਲ ਹੋਈ ਆਡਿਟ ਕਿੰਨੇ ਜਿਹਨੂੰ ਆਪਾਂ ਉਹ ਤਿਆਰ ਕੀਤੀ ਗਈ ਰਿਪੋਰਟ ਵਿੱਚ ਪਾਇਆ ਕਿ 12 13 17 18 ਤੱਕ ਮੈਂਬਰ ਸਭਾ ਦੇ ਮੈਂਬਰਾਂ ਵੱਲੋਂ ਲਏ ਕਰਜ਼ੇ ਅਤੇ ਮੈਂਬਰਾਂ ਦੀ ਆਮਾਨਤਾ ਜਿਹੜੀਆਂ 4 ਕਰੋੜ ਤੋਂ ਵੱਧ ਦਾ ਇਹਦਾ ਗਵਨ ਕੀਤਾ ਗਿਆ ਕਥਤ ਰੂਪ ਦੇ ਵਿੱਚ ਚੌਕਸੀ ਪੁਲਿਸ ਨੇ ਇਹ ਸਬੰਧ ਦੇ ਵਿੱਚ ਮਕਦਮਾ ਨੰਬਰ 16 5 ਸਤੰਬਰ 2022 ਨੂੰ ਧਾਰਾ 408 420 465 67 68 477 ਇਹ ਅਤੇ 120ਵੀ ਭਾਰਤੀ ਦੰਡਾਵਲੀ ਦੀ ਧਾਰਾ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 1 13 2 ਤਹਿਤ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਦਰਜ ਕੀਤਾ ਹੈਗਾ ਜਿਨ੍ਹਾਂ ਵਿੱਚੋਂ ਤਿੰਨ ਦੋਸ਼ੀਆਂ ਸਾਬਕਾ ਸਕੱਤਰ ਪ੍ਰੇਮ ਸਿੰਘ ਸਕੱਤਰ ਮੋਤਲਦੀਨ ਹੈ ਹੁਣ ਭពਿੰਦਰ ਸਿੰਘ ਹਰਜੀਤ ਸਿੰਘ ਅਤੇ ਕੁਝ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਚਾਰ ਮੁਲਾਜ਼ਮ ਫਰਾਰ ਸੀ ਇਹਦੇ ਵਿੱਚੋਂ ਮੁਲਜ਼ਮ ਚਾਰ ਮੁਲਜ਼ਮ ਜਿਹੜੇ ਸੀ ਕਥਤ ਰੂਪ ਦੇ ਵਿੱਚ ਫਰਾਰ ਸੀ ਉਹਨਾਂ 'ਚੋਂ ਇੱਕ ਰਾਮਪਾਲ ਨੂੰ ਗ੍ਰਿਫਤਾਰੀ ਕਰ ਲਿਆ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵਗੈਰਾ ਅੱਗੇ ਕੀਤੀ ਜਾ ਰਹੀ ਹੈ ਜੀ ਜੀ ਸਾਹਿਬ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਦੀ ਜਿਹੜੀ ਪੈਰੋਲ ਨੂੰ ਲੈ ਕੇ ਵੱਡੇ ਕਲਾਸੇ ਕਿਤੇ ਜਾ ਰਹੇ ਨੇ ਵੱਡੇ ਵਿਵਾਦ ਖੜੇ ਹੋ ਰਹੇ ਨੇ ਤੇ ਹੁਣ ਮਨੀਸ਼ਾ ਘੁਲਾਟੀ ਦੇ ਵੱਲੋਂ ਉਹਨਾਂ ਦੇ ਵਿਰੁੱਧ ਬੋਲਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਦੇਖੋ ਪੰਜਾਬ ਇਸਤਰੀ ਕਮਿਸ਼ਨ ਆ ਜਿਹੜਾ ਜੀ ਉਹਦੇ ਚੇਅਰਪਰਸਨ ਨੇ ਮਨੀਸ਼ਾ ਘੁਲਾਟੀ ਪਿਛਲੀ ਸਰਕਾਰ ਦੇ ਵਿੱਚ ਹੀ ਲੱਗੇ ਸੀ ਉਹਨਾਂ ਨੇ ਪੋਲਸ ਲਾਈਨ ਪਟਿਆਲਾ ਵੇਖੇ ਲੋਕ ਅਦਾਲਤ ਮੌਕੇ ਪੱਤਰਕਾਰਾਂ ਨਾਲ ਗਲਬਤ ਕੀਤੀ ਉਹਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ ਮਾਮਲੇ ਦੇ ਵਿੱਚ ਦੂਜੇ ਰਾਜ ਦਾ ਮਾਮਲਾ ਹੈ ਪਾਇਰੋਲ ਹਰਿਆਣੇ ਨੇ ਦਿੱਤੀ ਐ ਇਹਦੇ ਬਾਰੇ ਹਰਿਆਣੇ ਦਾ ਗ੍ਰਹਿ ਮੰਤਰੀ ਕਹਿ ਚੁੱਕਿਆ ਕਿ ਉਹ ਤਾਂ ਨਿਜਮਾ ਮੁਤਾਬਕ ਹੈ ਉਹ ਕਹਿੰਦਾ ਇਹ ਮੈਨੂੰ ਪਤਾ ਹੀ ਨਹੀਂ ਅਨਲ ਵਿੱਚ ਕਹਿੰਦਾ ਜੀ ਕਿ ਉਹ ਗਾਲੇ ਗੁਨੇ ਗਾ ਸਕਦਾ ਕਿ ਨਹੀਂ ਗਾ ਸਕਦਾ ਕਿੜੀਆਂ ਹਾਸੋ ਹੀ ਨਹੀਂਆਂ ਗੱਲਾਂ ਨੇ ਇਹ ਉਹੀ ਮੰਤਰੀ ਐ ਜਦੋਂ 15 ਅਗਸਤ 2017 ਦੇ ਵਿੱਚ 15 18 ਦੇ ਵਿੱਚ 18 ਦੇ ਵਿੱਚ ਇਹ ਮੰਤਰੀ ਤੇ ਇੱਕ ਹੋਰ ਮੰਤਰੀ ਇਹਦੇ ਅਖੌਤੀ ਜਨਮ ਦਿਨ ਤੇ ਗਿਆ ਸੀ ਜਨਮ ਦਿਨ ਦਾ ਤਾਂ ਕਿਸੇ ਹੋਰ ਤਰੀਕ ਨੂੰ ਆ ਤੇ ਉਹਦੇ ਚਰਨਾਂ 'ਚ 51 ਲੱਖ ਰੁਪਏ ਰੱਖ ਕੇ ਚੈੱਕ ਹਲੋ ਬਾਬਾ ਜੀ ਤੁਛ ਜੀ ਭੇਟਾ ਸਾਡੇ ਵੱਲੋਂ ਵੀ ਹੈ ਜੀ ਜਦੋਂ ਸਰਕਾਰਾਂ ਜਾ ਕੇ ਇਸ ਤਰ੍ਹਾਂ ਦੇ ਕੰਮ ਕਰਨਗੀਆਂ ਅੱਜ ਜਿਹੜੇ ਸਾਡੇ ਵਾਲੇ ਕੱਲ ਉਥੇ ਮਰਸਰਚ ਬਹਿ ਕੇ ਕਹਿ ਰਹੇ ਸੀ ਕਿ ਦੀ ਪ੍ਰਾਉਲ ਦੀ ਨਹੀਂ ਗਲਤ ਹੈ ਹੂੰ ਤੇ ਇਹਨਾਂ ਨੂੰ ਇਹ ਪੁੱਛੋ ਵੀ ਉਹਨੂੰ ਮਾਫੀ ਦਵਾਉਣੀ ਸਹੀ ਸੀ ਬਿਲਕੁਲ ਜੀ 92 ਲੱਖ ਰੁਪਿਆ ਗੁਰੂ ਦੀ ਗੋਲਕਦਾ ਉਹਦੇ ਤੇ ਖਰਚ ਦਿੱਤਾ ਗਿਆ ਉਹ ਸਹੀ ਸੀ ਇਹ ਸਾਰੇ ਮਾਮਲੇ ਜਿਹੜੇ ਨੇ ਉਹ ਜਿਉਂ ਦੀ ਤਿਉਹ ਖੜੇ ਨੇ ਇਹਦਾ ਜਵਾਬ ਇਹਨਾਂ ਕੋਲੇ ਹੈ ਨਹੀਂ ਇਹ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਹਰਿਆਣੇ ਦੇ ਕਿ ਜੋ ਕੁਛ ਨੂੰ ਮਿਲਿਆ ਹੈ ਉਹਦੇ ਬਾਰੇ ਮੈਂ ਤਾਂ ਅਨਜਾਨ ਹਾਂ ਲੇਕਿਨ ਇਹ ਕਾਨੂੰਨ ਮੁਤਾਬਕ ਦਿੱਤਾ ਗਿਆ ਇਸ ਕਰਕੇ ਮੇਰਾ ਉਹਦੇ ਵਿੱਚ ਕੋਈ ਹੱਥ ਨਹੀਂ ਇਹਨੂੰ ਪੈਰੋਲ ਦਬਾਉਣ ਦੇ ਵਿੱਚ ਤੇ ਮੁੱਖ ਮੰਤਰੀ ਤੁਸੀਂ ਹੋ ਸਾਰੇ ਜ਼ਿਲ੍ਹੇ ਸਾਰੇ ਹਰਿਆਣੇ ਦੇ ਇਨਚਾਰਜ ਤੁਸੀਂ ਹੋ ਤੇ ਪੈਰੋਲ ਕੁ ਮੇਰਾ ਖਿਆਲ ਹੈ ਗਵੰਦੀ ਰਾਜ Rajasthan ਦਾ ਮੁੱਖ ਮੰਤਰੀ ਸ਼ੋਕ ਗਹਿਲੋਤ ਦਵਾ ਗਿਆ ਹੋਣੇ ਜਾਂ ਹਿਮਾਚਲ ਆਲਾ ਦਵਾ ਗਿਆ ਜਾਂ ਜੋਗੀ ਦਿੱਤਿਆਨਾਥ ਜਿੱਥੇ ਉਹ ਜਾ ਕੇ ਠਹਿਰਿਆ ਵਾ ਅੱਜ ਕੱਲ ਉਹਸ ਰਾਜ ਚ ਉਹਨਾਂ ਨੇ ਕਿਸੇ ਨੇ ਕਰਤਾ ਹੋਣੇ ਇਹ ਜਿਹੜੇ ਸਾਡੇ ਰਾਸੀ ਆਗੂ ਹੈ ਇਹਨਾਂ ਦਾ ਪੰਦ ਨਰਾਲਾ ਇਹ ਆਪ ਦੇ ਗਲ ਤੇ ਪੈਂਦੀ ਹੋਵੇ ਗੱਲ ਹੋਰ ਹੁੰਦੀ ਹੈ ਜੇ ਦੂਜੇ ਪਾਸੇ ਪੈਂਦੀ ਹੋਵੇ ਤਾਂ ਗੱਲ ਹੋਰ ਹੁੰਦੀ ਹੈ ਜੀ ਡਾਕਟਰ ਸਾਹਿਬ ਦੂਜੇ ਪਾਸੇ ਚੀਨ ਨੇ ਭਾਰਤ ਤੇ ਪਾਕਿਸਤਾਨ ਜਿਹੜਾ ਕਸ਼ਮੀਰ ਮਸਲਾ ਉਹਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਸੰਵਾਦ ਤੇ ਸਲਾਮ ਮਸਫਰੇ ਨਾਲ ਹੱਲ ਕੀਤਾ ਜਾ ਸਕਦਾ ਹੈ ਜੀ ਇਹ ਇੱਕ ਵੱਡੀ ਗੱਲ ਹੈ ਜੀ ਉਹਨਾਂ ਨੇ ਜਿਹੜੇ ਬੰਗਲਾਦੇਸ਼ ਦੇ ਵਿੱਚ ਚੀਨ ਦੇ سفیر ਨੇ ਲਈ ਜਿੰਮਿੰਗ ਜੀ ਨਿੱਜੀ ਤੌਰ ਤੇ ਭਾਰਤ ਦੇ ਉਹਨਾਂ ਨੇ ਕਿਹਾ ਕਿ ਸ਼ਰੀਕ ਪਾਜੀ ਨਹੀਂ ਪਰ ਕਿਉਂਕਿ ਸਾਡੇ ਗਵੰਢੀ ਨੇ ਬਿਲਕੁਲ ਉਹ ਕਹਿੰਦੇ ਕਿ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੌਰਨਿੰਗ ਸਟੈਂਡ ਸਪਸ਼ਟਕਰਨ ਉਹ ਕਹਿੰਦੇ ਕਿ ਜਿਹੜਾ ਭਾਰਤ ਦਾ ਤੇ ਪਾਕਿਸਤਾਨ ਦਾ ਆਪਸ ਵਿੱਚ ਦੀ ਕਲੇਸ਼ ਆ ਉਹਦਾ ਮੁੱਖ ਕਾਰਨ ਤਾਂ ਕਸ਼ਮੀਰ ਮਾਮਲਾ ਹੀ ਹੈ ਨਾ ਜੀ ਤੇ ਫਿਰ ਚੰਗਾ ਹੋਵੇ ਦੋਨੇ ਗਵੰਢੀ ਮੁਲਕ ਨੇ ਇਹਨੂੰ ਗੱਲਬਾਤ ਰਾਹੀਂ ਮਸਲੇ ਨੂੰ ਸੁਲਝਾ ਲੈਣ ਦੁਨਾਂ ਪਾਸੇ ਗੁਰਵਤ ਬਹੁਤ ਹੈ ਪਾਕਿਸਤਾਨ ਦਾ ਸਾਡੇ ਨਾਲੋਂ ਵੀ ਗਿਆ ਗੁਜਰਿਆ ਉਹ ਵੀ ਹਥਿਆਰਾਂ ਦੀ ਲੜਾਈ ਲੜ ਰਿਹਾ ਹੈ ਤੇ ਕਹਿੰਦੇ ਆ ਨਾ ਚੱਕੀ ਹੋਈ ਅਮਿੱਤਰਾਂ ਦੀ ਠਨਦਾਰ ਦੇ ਬਰਾਬਰ ਬੋਲੇ ਜੀ ਤੇ ਉਹਨਾਂ ਨੂੰ ਵੱਡਿਆਂ ਦੀ ਸ਼ੈ ਆ ਉਹਦੇ ਤਹਿਤ ਉਹ ਬਹੁਤ ਕੁਸ਼ ਕਰਦੇ ਆ ਲੇਕਿਨ ਜੇ ਉਹ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰ ਲੈਣ ਤਾਂ ਹਥਿਆਰਾਂ ਦੀ ਖਰੀਦਦਾਰੀ ਦੀ ਥਾਂ ਦੇ ਉੱਤੇ ਜਿਹੜੇ ਵਿਕਾਸ ਦੇ ਕੰਮ ਨੇ ਬਹੁਤ ਸਾਰੇ ਕੰਮ ਵਿਕਾਸ ਵਾਲੇ ਅੜੇ ਖੜੇ ਹੈ ਉਹਨਾਂ ਦੇ ਉੱਤੇ ਉਹ ਆਪਣਾ ਉਹੀ ਸਰਮਾਇਆ ਖਰਚ ਕਰ ਸਕਦੇ ਜੀ ਡਾਕਟਰ ਸਾਹਿਬ ਦੂਜੇ ਪਾਸੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਵੱਲੋਂ ਇੱਕ ਵੱਡਾ ਇਤਿਹਾਸਿਕ ਫੈਸਲਾ ਲੈ ਗਿਆ ਉਹਨਾਂ ਨੇ ਪੁਰਸ਼ਾਂ ਅਤੇ ਜਿਹੜੇ ਔਰਤ ਕ੍ਰਿਕਟਰਾਂ ਨੂੰ ਇੱਕ ਹਿਸਾਬ ਦੇ ਨਾਲ ਦੋਨਾਂ ਨੂੰ ਬਰਾਬਰ ਜਿਹੜੀ ਮੈਚ ਫੀਸ ਹੈ ਦੇਣ ਦਾ ਐਲਾਨ ਕੀਤਾ ਜੀ ਪਹਿਲਾਂ ਇਹ ਨਿਜਮ ਸੀ ਜੀ ਜਿਹੜਾ ਟੈਸਟ ਹੈ ਮਰਦਾਂ ਨੂੰ 15 ਲੱਖ ਮਿਲਦਾ ਸੀ ਇਹਦੇ ਵਿੱਚ ਜੀ ਇੱਕ ਰੋਜੇ ਦੇ ਵਿੱਚ 6 ਲੱਖ T20 ਚ 3 ਲੱਖ ਤੇ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ 4 ਲੱਖ ਮਿਲਦਾ ਸੀ ਟੈਸਟ ਲਈ ਜੀ ਦੂਜੇ ਪੈਸੇ ਉਸੇ ਦਰ ਦੇ ਨਾਲ ਘੱਟ ਸੀ ਲੇਕਿਨ ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਫੈਸਲਾ ਕੀਤਾ ਕਿ ਔਰਤਾਂ ਹੋਣ ਮਰਦ ਹੋਣ ਖੇਡ ਤਾਂ ਦੋਨਾਂ ਦੀ ਬਰਾਬਰ ਦੀ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਜੋ ਮਰਦਾਂ ਨੂੰ ਮਿਲਦਾ ਹੈ ਜਿਹੜੀਆਂ ਇਸਤਰੀਆਂ ਦੀ ਟੀਮ ਐ ਲੜਕੀਆਂ ਦੀ ਟੀਮ ਐ ਉਹਨੂੰ ਵੀ ਪੈਸੇ ਉਹਦੇ ਬਰਾਬਰੀ ਮਿਲਣਗੇ ਜੇ 15 ਲੱਖ 6 ਲੱਖ ਤੇ 4 ਲੱਖ 3 ਲੱਖ ਮਰਦਾਂ ਨੂੰ ਮਿਲਦਾ ਹੈ ਤਾਂ ਇਹ ਔਰਤਾਂ ਦਾ ਜਿਹੜਾ 1-1 ਲੱਖ ਕਿਉਂ ਹੋਵੇ ਉਹਨਾਂ ਨੂੰ ਵੀ ਉਸੇ ਦਰ ਦੇ ਨਾਲ ਪੈਸੇ ਮਿਲਣਗੇ ਮੈਂ ਸਮਝਦਾ ਕਿ ਇਹ ਭਾਰਤੀ ক্রিকেট ਕੰਟਰੋਲ ਬੋਰਡ ਨੇ ਜਿਹੜਾ ਫੈਸਲਾ ਕੀਤਾ ਇਹ ਛਲਾਗਾ ਜੋ ਖਤਮ ਐ ਸੋ ਔਰਤਾਂ ਕਿਉਂ ਪਿੱਛੇ ਰਹਿਣ ਉਹਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਕਿਉਂ ਮੰਨਿਆ ਜਾਵੇ ਜਦ ਕਿ ਖੇਡ ਤਾਂ ਸਾਰਿਆਂ ਦੀ ਇੱਕੋ ਜੀ ਹੁੰਦੀ ਹੈ ਉਹਨਾਂ ਨੂੰ ਇਹ ਮਾਣ ਜਿਹੜਾ ਦਿੱਤਾ ਹੈਗਾ ਇਹਦੇ ਨਾਲ ਲੜਕੀਆਂ ਦੇ ਵਿੱਚ ਜਿਹੜੀ ਲੜਕੀਆਂ ਦੀ ਟੀਮ ਹੈ ਕ੍ਰਿਕਟ ਦੀ ਉਹਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਜੀ ਸਰਦੂਜੇ ਪਾਸੇ ਸਿੱਖ ਸ਼ਰਧਾਲੂਆਂ ਨੂੰ ਵਿਜੇ ਨਾਮ ਮਿਲਣ ਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਚਿੰਤਾ ਦੇ ਵਿੱਚ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਡੀ ਇਸ ਵੇਲੇ ਉੱਥੇ ਜਿਹੜਾ ਇੱਕ ਤਾਂ ਗੁਰਪੁਰਬ ਆ ਰਿਹਾ ਜੀ 8 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਜੀ ਇੱਕ ਇਹ ਜਿਹੜਾ ਸ਼ਤਾਬਦੀ ਸਮਾਰੋਹ ਸੀ 30 ਤਰੀਕ ਨੂੰ ਉਹ ਮਨਾਇਆ ਜਾ ਰਿਹਾ ਹੈ ਉਹਦੇ ਲਈ ਇਹਨਾਂ ਨੇ 157 ਪਾਸਪੋਰਟ ਭੇਜੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ 28 ਨੂੰ ਗਏ ਨੇ ਅੱਜ ਉਹ ਗਏ ਨੇ ਉੱਥੇ ਇਹਨਾਂ ਜੋ 40 ਰੁਪਈਆ ਨਹੀਂ ਦਿੱਤਾ ਇਹਦੇ ਵਿੱਚ ਰਾਗੀ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀ ਤੇ ਕੁਝ ਹੋਰ ਨਹੀਂ ਦੂਜੇ ਪਾਸੇ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਸਤਵੰਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਹਨਾਂ ਦੇ ਕੋਲ ਇਹ ਮਸਲਾ ਠਾਇਆ ਉਹ ਕਹਿੰਦੇ ਵੀ ਜਿਹੜਾ ਸਾਡਾ ਪਾਕਿਸਤਾਨ ਦਾ سفیر ਦਿੱਲੀ 'ਚ ਬੈਠਾ ਤੁਸੀਂ ਉਹਦੇ ਨਾਲ ਸੰਪਰਕ ਕਰੋ ਅਸੀਂ ਉਹਦੇ ਤੱਕ ਅਪਰੋਚ ਕਰਦੇ ਹਾਂ ਜੀ ਜਿਹੜੇ ਇਹ 40 ਵੀਜ਼ੇ ਰੱਦ ਹੋ ਗਏ ਨੇ ਪਹਿਲਾਂ ਤਾਂ ਇਹਦਾ ਕਾਰਨ ਜਾਣਦੇ ਆ ਵੀ ਕਿਉਂ ਰੱਦ ਹੋਏ ਨੇ ਅਜੇ ਤੱਕਰ ਉਹਦੇ ਤੇ ਕੋਈ ਸਹਿਮਤੀ ਬਣੀ ਆ ਕਿ ਨਹੀਂ ਬਣੀ ਸਾਡੇ ਧਿਆਨ 'ਚ ਨਹੀਂ ਆਇਆ ਲੇਕਿਨ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਦੇ ਉਹਨਾਂ ਦੇ ਸفیر ਨਾਲ ਸੰਪਰਕ ਕਰਨਾ ਚਾਹੀਦਾ ਹੈ ਉਮੀਦ ਰੱਖਣੀ ਚਾਹੀਦੀ ਹੈ ਕਿ ਜਿਵੇਂ ਬਾਕੀ ਵੀ ਜਾ ਰਹੇ ਨੇ 154 57 ਇਹ 40 ਨੂੰ ਰੱਦ ਕਰਤਾ ਉਹਨਾਂ ਨੇ 117 ਹੀ ਜਾ ਰਹੇ ਨੇ ਜੀ ਉਹਨਾਂ ਦਾ ਤਾਂ ਕਲੀਅਰ ਹੋ ਗਿਆ ਉਹ ਤਾਂ ਚਲੇ ਗਏ ਅੱਜ ਬਿਲਕੁਲ ਤੇ ਜਿਹੜੇ 40 ਕਿਉਂ ਰੁੱਕ ਕੇ ਗਏ ਨੇ ਇਹਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜਦੋਂ ਉਹਨਾਂ ਦੇ ਪਾਸਪੋਰਟ ਵੀ ਗਏ ਹੋਏ ਨੇ ਜਦ ਕਾਰਨ ਦੱਸਿਆ ਜਾਵੇ ਕਿੰਨਾ ਕਾਰਨਾ ਕਰਕੇ ਇਹ ਚੀਜ਼ ਰੋਕੀ ਗਈ ਹੈ ਨਹੀਂ ਬਿਨਾ ਵਜਾ ਇਹਨੂੰ ਰੋਕਣ ਦਾ ਕੋਈ ਮਤਲਬ ਬੰਦਾ ਨਜ਼ਰ ਨਹੀਂ ਆ ਰਿਹਾ ਜੀ ਡਾਕਟਰ ਸਾਹਿਬ ਦੂਜੇ ਵਾਰ ਸਰਕਾਰ ਦੇ ਵੱਲੋਂ ਕਪੈਨਾਂ ਦੇ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਜਿਹੜੀਆਂ ਕਪੈਨਾਂ ਬਿਨੈ ਐਸਐਮਐਸ ਤੋਂ ਜਿਹੜੀ ਉਹਨਾਂ ਦਾ ਸੀ ਸੁਪਰ ਐਸਐਮਐਸ ਤੋਂ ਬਗੈਰ ਵਾਢੀ ਕਰ ਰਹੀਆਂ ਸੀ ਉਹਨਾਂ ਦੇ ਚਲਾਣ ਵੀ ਕੀਤੇ ਗਏ ਤੇ ਇੱਕ ਜਬਤ ਵੀ ਕੀਤੀ ਗਈ ਹੈ ਇਹ ਮਾਮਲਾ ਆਪਣੇ ਜ਼ਿਲ੍ਹੇ ਦਾ ਹੈ ਜੀ ਡਿਪਟੀ ਕਮਿਸ਼ਨਰ ਸਾਕਸੀ ਸਾਨੀ ਨੇ ਬੈਸੇ ਦਾ ਸਾਰਾ ਨਹੀਂ ਕਿਹਾ ਹੋਇਆ ਹੈ ਕਿ ਤੁਸੀਂ ਐਸਐਮਐਸ ਹਮ ਸਟਾਹ ਮੈਨੇਜਮੈਂਟ ਸਿਸਟਮ ਜੇ ਪੰਜਾਬੀ ਚ ਕਹੀਏ ਪ੍ਰਵਾਲੀ ਪ੍ਰਬੰਧਨ ਪ੍ਰਣਾਲੀ ਹਮ ਉਹ ਲਾਓ ਉਹ ਹੈ ਕੀ ਹੈ ਉਹ ਇੱਕ ਬਲੇਡ ਹੈ ਜਿਵੇਂ ਜਿਵੇਂ ਕੰਬਾਈਨ ਅੱਗੇ ਵੱਢੀ ਜਾਂਦੀ ਆ ਹੁਣ ਤਾਂ ਕਹਿੰਦੇ ਉਹਨਾਂ ਨੇ ਨਵੀਂ ਤਿਆਰ ਕਰਤੀ ਯੂਨੀਵਰਸਿਟੀ ਨੇ ਜੀ ਅੱਗੇ ਝੋਨਾ ਵੱਢੀ ਜਾਂਦੀ ਆ ਪਿੱਛੇ ਕਣਕ ਵੀ ਵੀਜੀ ਜਾਂਦੀ ਆ ਜੀ ਇਹ ਨਵਾਂ ਮਾਡਲ ਉਹਨਾਂ ਨੇ ਅੱਜ ਲਾਂਚ ਕੀਤਾ ਠੀਕ ਹੈ ਜੀ ਇਹ ਜੇ ਪਹਿਲਾਂ ਕਰ ਲੈਂਦੇ ਥੋੜਾ ਜਿਹਾ ਬਿਲਕੁਲ ਜੀ ਇਹ ਜਾਂ ਕਰਨ ਵਾਲਿਆਂ ਨੇ ਜਿੰਨਾ ਤੋਂ ਅੱਗੇ ਜਾਣਦੀ ਹੈ ਤੇ ਜਿਹੜਾ ਇਹਨਾਂ ਨੇ ਕਿਹਾ ਸੀ ਅਸੀਂ 2500 ਰੁਪਿਆ 1500 ਕੇਂਦਰ ਦੇਊਗਾ ਦੇਵੇ 500 ਕੇਜਰੀਵਾਲ ਦੇਣਗੇ ਤੇ 500 ਅਸੀਂ ਤੁਸੀਂ 1500 ਕੇ ਆਲਾ ਛੱਡੋ ਕੇਜਰੀਵਾਲ ਸਾਹਿਬ ਦਾ ਤੇ ਤੁਹਾਡਾ 1000 ਰੁਪਿਆ ਦੇ ਦਿਓ ਜਿਹੜੀ ਕੰਬਾਈਨ ਐਸਐਮਐਸ ਚਲਾ ਕੇ ਚਲਾਉਂਦੀ ਹੈ ਇਹ ਕਿਸਾਨ ਨੂੰ 500 ਰੁਪਿਆ ਵੀ ਦੇਣ ਨੂੰ ਤਿਆਰ ਨਹੀਂ ਹੂੰ ਚਲੋ ਸਰਕਾਰੇ ਦੇ ਦੇਵੇ ਇੱਕ ਮਸਲਾ ਤਾਂ ਹੱਲ ਹੁੰਦਾ ਬਿਲਕੁਲ ਦੇਖੋ ਕੱਲ ਨੂੰ ਮੈਂ ਕਿਸਾਨ ਭਰਾਵੋ ਤੁਹਾਡੇ ਚੋਂ ਥੋੜੇ ਚੋਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਇਸ ਪਾਸੇ ਵੱਲ ਨਾ ਸੁਧਰੇ ਇਹਨਾਂ ਦੇ ਪਿੱਛੇ ਹੀ ਜਿਹੜੇ ਇਸ਼ਤਲਾਮਾਂਗੇ ਅੱਜ ਤਾਂ ਲਾਵਾਂਗੇ ਜੀ ਆਪ ਭਗਵੰਤ ਸਿਉ ਮਾਨ ਨੇ ਮੂੰਗੀ ਚੱਕ ਲਈ ਹੂੰ ਜੇ ਕੱਲੂ ਕੇਂਦਰ ਨੇ ਵੀ ਹੱਥ ਕੜੇ ਕਰਤੇ ਤੇ ਫੇਰ ਆਪਾਂ ਕਿੱਧਰ ਨੂੰ ਜਾਵਾਂਗੇ ਥੋੜਾ ਜਿਹਾ ਸਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਸਹੀ ਰੂਪ ਦੇ ਵਿੱਚ ਚੱਲਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਤੇ ਸਖਤ ਕਦਮ ਨਾ ਆਉਣ ਅੱਜ ਤੋਂ ਪਹਿਲਾਂ ਅਸੀਂ ਕਦੋਂ ਹੱਥਾਂ ਨਾਲ ਵੜਦੇ ਸੀ ਮੈਂ ਸਮਝਦਾ ਕਿ ਸਰਕਾਰ ਨੂੰ ਇਹਦਾ ਕੋਈ ਪ੍ਰਬੰਧ ਇਕੱਠੇ ਬੈਠ ਕੇ ਅਗਲੇ ਸਾਲ ਦਾ ਪ੍ਰਬੰਧ ਅੱਜ ਸੋਚ ਲਓ ਜੇ ਅੱਜ ਗੰਭੀਰਤਾ ਨਾਲ ਸੋਚ ਲਓਗੇ ਤਾਂ ਅਗਲੇ ਸਾਲ ਹੋ ਸਕਦਾ ਅਸੀਂ ਪਰਾਲੀ ਨੂੰ ਅੱਗ ਤੋਂ ਮੁਕਤ ਹੋ ਜਾਈਏ ਦੂਜਿਆਂ ਨੂੰ ਸੇਧ ਦਈਏ ਮਸ਼ੀਨਾਂ ਕਿਵੇਂ ਕਿਵੇਂ ਪਿੰਡਾਂ 'ਚ ਲੋੜੀ ਦੀਆਂ ਨੇ ਪੰਚਾਇਤ ਮੰਤਰੀ ਸਾਹਿਬ ਖੇਤੀਬਾੜੀ ਵੀ ਤੁਹਾਡੇ ਕੋਲ ਆਪਣੇ ਸਰਪੰਚਾਂ ਤੋਂ ਮੰਗੋ ਰਿਪੋਰਟ ਕਿ ਤੁਸੀਂ ਕਿਵੇਂ ਕਿਵੇਂ ਛੋਟੇ ਪਿੰਡ ਚ ਕਿੰਨਾ ਛੋਟਾ ਤੇ ਦਰਮਿਆਨਾ ਕਿਸਾਨ ਕਿੰਨੇ ਨੇ ਉਹਨਾਂ ਦਾ ਹੱਲ ਕਿਵੇਂ ਕਰਨਾ ਵੱਡੇ ਤਾਂ ਇਹ ਕਰ ਲੈਣਗੇ ਜੀ ਕਿੰਸਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਬੜੂਲੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨ ਤੇ ਪਿਆਰੇ ਦਰਸ਼ਕੋ ਕੱਲ ਫਿਰ ਨਮੀ ਅਤੇ ਤਾਜ਼ੇ ਖਾਣੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜੀ ਧੰਨਵਾਦ